ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਅੱਜ 28 ਮਈ ਦੀ ਗੱਲ ਕਰਾਂਗੇ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਮੌਸਮ ਦੀ ਹਲਚਲ ਹੋਣ ਦੇ आसार ਨੇ ਸੋ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ 28 ਅਤੇ 29 ਮਈ ਇਹਨਾਂ ਦੋ ਦਿਨਾਂ ਦੇ ਵਿੱਚ ਮੌਸਮ ਦੇ ਹਲਚਲ ਹੋਣ ਦੇ आसार ਬਣਨੇ ਸੀ ਕਈ ਭਾਗਾਂ ਦੇ ਵਿੱਚ ਗਰਜ ਚਮਕ ਨਾਲ 20 ਬੱਦਲਵਾਈ ਵਰਗੇ ਹਾਲਾਤ ਪੈਦਾ ਹੋਣ ਦੇ ਚਾਂਸ ਬਣ ਰਹੇ ਜਿਸ ਦੀ ਜਾਣਕਾਰੀ ਆਪਾਂ ਤੁਹਾਨੂੰ ਲਗਭਗ 4-5 ਦਿਨ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਤੇ ਅੱਜ ਹੁਣ ਗੱਲ ਕਰਦੇ ਆ ਤਾਜ਼ਾ ਅਪਡੇਟ ਆ ਰਹੀ ਹੈ ਜੋ 28 ਮਈ ਦੀ ਹਾਲਾਂਕਿ ਵੀਡੀਓ ਮੌਸਮ ਦੀ ਹਲਚਲਾ ਪੰਜਾਬ ਦੇ ਵਿੱਚ ਅੱਜ ਤੜਕੇ ਸਮੇਂ ਤੋਂ ਹੀ ਜਾਰੀ ਹੈ ਕੁਝ ਹਿੱਸਿਆਂ ਦੇ ਵਿੱਚ ਤਾਂ ਹੁਣ ਗੱਲ ਕਰਦੇ ਆ ਲਗਭਗ 6 ਵਜੇ ਦੇ ਆਸ-ਪਾਸ ਤੋਂ ਕੀ ਮੌਸਮ ਦੀ ਜਾਣਕਾਰੀ ਹੈ ਤਾਂ ਬੱਦਲਵਾਈ ਸਭ ਤੋਂ ਪਹਿਲਾਂ ਆਪਾਂ ਨੂੰ ਫਿਰੋਜ਼ਪੁਰ ਨਾਣ ਲੱਗਦੇ ਭਾਗ ਕੁਝ ਮੋਗਾ ਜ਼ਿਲ੍ਹਾ ਹੋ ਗਿਆ ਫਰੀਦਕੋਟੋ ਗਿਆ ਇਸ ਤੋਂ ਬਾਅਦ ਅਗਲੇ ਬਰਨਾਲਾ ਲੁਧਿਆਣਾ ਸੋ ਇਨ੍ਹਾਂ ਭਾਗਾਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੂਗੇ ਤਾਂ ਬਠਿੰਡੇ ਦੇ ਕਈ ਭਾਗਾਂ ਤੱਕ ਬੱਦਲਵਾਈ ਪਹੁੰਚਣ ਦੇ आसार ਨੇ ਸੋ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਭਾਗਾਂ ਦੇ ਵਿੱਚ ਗਰਦ ਜਮਕ ਹੋ ਸਕਦੀ ਹੈ ਥੋੜਾ ਬਹੁਤ ਹਲਕਾ ਦਰਮਿਆਨਾ ਸ਼ਰਾਟੇ ਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਕੁਝ ਥੋੜੇ ਸਮੇਂ ਲਈ ਭਾਰੀ ਤੇਜ਼ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਜੋ ਮੀਂਹ ਦੀਆਂ ਗਤੀਵਿਧੀਆਂ ਹੋਣਗੀਆਂ ਬਹੁਤ ਕੋਈ ਲੰਬਾ ਸਮੇਂ ਤੱਕ ਨਹੀਂ ਟਿਕਣਗੀਆਂ ਪਰ ਛੋਟੇ ਸਮੇਂ ਲਈ ਹਲਕੇ-ਫੁਲਕੇ ਮੌਸਮ ਦਾ ਬਦਲਾਅ ਦੇਖਣ ਨੂੰ ਮਿਲੇਗਾ। ਅਤੇ ਨਾਲ ਹੀ ਆਉਣ ਵਾਲੇ ਘੰਟਿਆਂ ਦੇ ਵਿੱਚ ਪਟਿਆਲਾ ਹੋ ਗਿਆ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ ਭਾਗ ਹੋ ਗਿਆ ਚੰਡੀਗੜ੍ਹ ਮੁਹਾਲੀ ਸਾਈਡ ਦੇ ਇਲਾਕੇ ਮਲੇਰਕੋਟਲਾ ਹੋ ਗਿਆ ਤਾਂ ਇਹਨਾਂ ਜ਼ਿਲ੍ਹਿਆਂ ਦੇ ਵੀ ਕਈ ਭਾਗਾਂ ਦੇ ਵਿੱਚ ਆਪਾਂ ਨੂੰ ਬੱਦਲਾਂ ਦੀ ਗਰਜ ਚਮਕ ਜਾਂ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਤੇ ਟੁੱਟਵੇਂ ਰੂਪ ਵਿੱਚ ਕੁਝ ਹਿੱਸਿਆਂ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ। ਤੇ ਜੇਕਰ ਗੱਲ ਕਰੀਏ ਪੱਛਮੀ ਮੱਧਾ ਖੇਤਰ ਦੀ ਤਾਂ ਇਹਦੇ ਵਿੱਚ ਆਪਾਂ ਨੂੰ ਕੁਝ ਭਾਗ ਤਰਨਤਨ ਸਾਹਿਬ ਦੇ ਅੰਮ੍ਰਿਤਸਰ ਦੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਨ੍ਹਾਂ ਹਿੱਸਿਆਂ ਦੇ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੀਂਹ ਦੇ ਹਾਲਾਤ ਬਣ ਸਕਦੇ ਨੇ ਬੱਦਲਬਾਈ ਨਾਲ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੂਗਾ ਤੇ ਕੁਝ ਭਾਗਾਂ ਵਿੱਚ ਹਲਕਾ ਦਰਮਿਆਨਾ ਸ਼ਰਾਟੇ ਦਾ ਮੀਂਹ ਦੇਖਣ ਨੂੰ ਮਿਲ ਸਕਦਾ ਤੇ ਕਈ ਭਾਗਾਂ ਦੇ ਵਿੱਚ ਤੇਜ਼ ਹਨੇਰੀ ਵਰਗੇ ਹਾਲਾਤ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਉੱਥੇ ਹੀ ਅਗਲੇ ਘੰਟਿਆਂ ਦੇ ਵਿੱਚ ਜਲੰਧਰ ਕਪੂਰਥਲਾ ਸਮੇਤ ਨਾਲ ਲੱਗਦੇ ਨਵਾਂ ਸ਼ਹਿਰ ਤੱਕ ਦੇ ਤੇ ਐਸਬੀਐਸ ਨਗਰ ਨੰਗਲ ਅਨੰਦਪੁਰ ਸਾਹਿਬ ਤੱਕ ਦੇ ਭਾਗਾਂ ਵਿੱਚ ਬੱਦਲਵਾਈ ਪਹੁੰਚ ਸਕਦੀ ਹੈ ਤੇ ਉਥੇ ਜੇਕਰ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਫਾਜ਼ਿਲਕਾ ਹੋ ਗਿਆ ਮੁਕਸਰ ਸਾਹਿਬ ਦੇ ਇਲਾਕੇ ਹੋਗੇ ਤਾਂ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਮੌਸਮ ਦੀ ਹਲਚਲ ਥੋੜੀ ਜਿਹੀ ਘੱਟ ਰਹੇਗੀ ਪਰ ਬੱਦਲਵਾਈ ਦੇ ਅਸਰ ਬਣੇ ਰਹਿਣਗੇ ਕੁਝ ਟਟਮੀ ਬੱਦਲਬਾਈ ਹੋ ਕੇ ਇੱਕ ਦੋ ਭਾਗਾਂ ਵਿੱਚ ਹਲਕੇ ਫੁਲਕੇ ਮੀਂਹ ਦੇ ਛਿੱਟੇ ਦੇਖਣ ਨੂੰ ਮਿਲ ਸਕਦੇ ਨੇ ਪਰ ਬੱਦਲਬਾਈ ਥੋੜੀ ਜੀ ਘੱਟ ਹੀ ਰਹੇਗੀ ਤੇ ਉੱਥੇ ਹੀ ਗੱਲ ਕਰੀਏ ਮਾਨਸਾ ਬਠਿੰਡਾ ਦੀ ਜਾਂ ਸੰਗਰੂਰ ਦੱਖਣੀ ਜ਼ਿਲ੍ਹਿਆਂ ਦੀ ਤਾਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਮੌਸਮ ਦੇ ਵਿੱਚ ਵੱਡਾ ਪਰਵਰਤਨ ਆਉਂਦਾ ਫਿਲਹਾਲ ਹਾਲੇ ਨਜ਼ਰ ਨਹੀਂ ਆ ਰਿਹਾ ਪਰ ਆਉਣ ਵਾਲੇ 2-3 ਘੰਟਿਆਂ ਦੇ ਬਾਅਦ ਦੁਪਹਿਰ ਦੇ ਆਸ-ਪਾਸ ਜਾਨੀ 9-10 ਵਜੇ ਤੋਂ ਲੈ ਕੇ ਅਗਲੇ ਘੰਟਿਆਂ ਦੇ ਵਿੱਚ ਮੌਸਮ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਫਿਰ ਪੰਜਾਬ ਦੇ ਵਿੱਚ ਟਟਮੀ ਬੱਦਲਬਾਈ ਬਣ ਦੁਪਹਿਰ ਤੋਂ ਬਾਅਦ ਸ਼ਾਮ ਅਤੇ ਜੋ ਰਾਤ ਦਾ ਸਮਾਂ ਹੋਵੇਗਾ ਤਾਂ ਉਸ ਦਰਮਿਆਨ ਟੁੱਟਵੀਂ ਬੱਦਲਵਾਈ ਪੰਜਾਬ ਦੇ ਉੱਪਰ ਦੀ ਗੁਜ਼ਰ ਸਕਦੀ ਹੈ ਜਿਦੇ ਚੱਲਦੇ ਕਈ ਭਾਗਾਂ ਵਿੱਚ ਤੇਜ਼ ਸ਼ਰਾਟੇਦਾਰ ਮੀਂਹ ਦੇਖਣ ਨੂੰ ਮਿਲ ਸਕਦਾ ਆਪਾਂ ਨੂੰ ਦੁਪਹਿਰ ਤੋਂ ਲੈ ਕੇ ਰਾਤ ਤੱਕ ਅਤੇ ਕਈ ਭਾਗਾਂ ਦੇ ਵਿੱਚ ਹੋ ਸਕਦਾ ਹੈ ਕਿ ਗਰਦ ਚਮਕਣ ਨਾਲ ਤੇਜ਼ ਸ਼ਰਾਟੇਦਾਰ ਮੀਂਹ ਕੁਝ ਸਮੇਂ ਲਈ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੋ ਉਸ ਦੀ ਜਾਣਕਾਰੀ ਦੁਪਹਿਰ ਦੀ ਜਿਵੇਂ ਨਵੀਂ ਅਪਡੇਟ ਆਵੇਗੀ ਜਿਵੇਂ ਵੀ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰ ਦੇਵਾਂਗੇ ਤੋ ਇਸ ਤਰ੍ਹਾਂ ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ 50 ਤੋਂ ਲੈ ਕੇ 70% ਇਲਾਕਿਆਂ ਦੇ ਵਿੱਚ ਬੱਦਲਬਾਈ ਵਾਢਣ ਦੇ ਅਸਰ ਨੇ ਤੇ ਜਿਸ ਦੇ ਵਿੱਚ 30 ਤੋਂ ਲੈ ਕੇ 40% ਇਲਾਕਿਆਂ ਵਿੱਚ ਮੀਂਹ ਦੇ ਅਸਰ ਹੋਣਗੇ ਤੇ ਬਾਕੀ 50% ਦੇ ਲਗਭਗ ਇਲਾਕੇ ਜਿਹੇ ਵੀ ਹੋਣਗੇ ਪੰਜਾਬ ਤੋਂ 60% ਜਿਹੜੇ ਕੇਵਲ ਬੱਦਲਬਾਈ ਦੇ ਦਰਮਿਆਨ ਖੁਸ਼ਕ ਰਹਿਣਗੇ